ਅੱਜ ਤੁਹਾਨੂੰ ਜੀ ਆਪਣੇ ਥੋਮ ਪੁੱਟ ਕੇ ਦੱਸਦੇ ਹਾਂ। ਛੋਟੀ ਜੀ ਖਾਹਿਸ਼ ਕੀਤੀ ਸੀ ਥੋਮ ਲਾਉਣ ਦੀ, ਅਤੇ ਅੱਲਾ ਕੀਤਾ ਪੁੱਟਣ ਨਾਲ ਪੁੱਟ ਕੇ ਫਿਰ ਤੁਹਾਨੂੰ ਵੀਡੀਓ ਦੱਸਦੇ ਹਾਂ। ਅਤੇ ਅਸੀਂ ਅਸਲ 'ਚ ਸ਼ੁਰੂ ਤੋਂ ਆਦਤ ਪਈ ਦੀ ਆ ਕਿ ਛੋਟੇ ਮੋਟੇ ਕੰਮ ਕਰਨ ਦੀ, ਬਗੀਚੇ ਲਾਉਣ ਦੀ। HMC ਵਿੱਚ ਨੇ ਸਾਂ, ਅਤੇ ਉੱਥੇ ਵੀ ਜਦੋਂ ਕਲੋਨੀ 'ਚ ਆਏ ਹਾਂ ਅਤੇ ਥੋਮ ਵਗੈਰਾ ਸਿਹਤ ਬਾਜ਼ੀ ਨਾਲ ਲਾਉਣਾ ਕਰਨਾ ਕਵੇਖੀ ਦਾ ਬਹੁਤਾ ਹੁੰਦਾ, ਉਹੀ ਸ਼ੌਕ ਇੱਥੇ ਆ ਕੇ ਅੱਲਾਹ ਤਾਲਾ ਨੇ ਜਗ੍ਹਾ ਵੀ ਦੇ ਦਿੱਤੀ ਹੈ ਥੋੜ੍ਹੀ ਜਿਹੀ ਮਕਾਨ ਵਿੱਚ, ਅਤੇ ਪੂਰਾ ਕਰਨੇ ਪਏ ਹਾਂ। ਹੁਣ ਪੁੱਟ ਕੇ ਤੁਹਾਨੂੰ ਦੱਸਦੇ ਇਨਸ਼ਾਅੱਲਾ ਕਿੰਨਾ ਕੁ ਨਿਕਲਦਾ। ਇਹ ਕੋਈ ਮਰਲਾ ਮਰਲਾ ਤਾਂ ਨਹੀਂ ਹੋਣੀ, ਮਰਲੇ ਤੋਂ ਥੋੜ੍ਹੀ ਜਗ੍ਹਾ ਹੀ ਹੈ। ਮਰਲ ਤੁਹਾਨੂੰ ਦੱਸਦੇ ਹਾਂ ਕਿਹੋ ਜਿਹਾ ਨਿਕਲਦਾ, ਅਤੇ ਦੁਆ ਕਰਿਓ ਅੱਲਾਹ ਤਾਲਾ ਬਰਕਤ ਪਾਏ। ਲਓ ਫਿਰ ਸ਼ੁਰੂ ਕਰਨਾ ਹੁਣ, ਕਿਉਂਕਿ ਮੈਂ ਇਕੱਲਾ ਬੰਦਾ ਵਾਂ, ਅਤੇ ਵੀਡੀਓ ਤੁਹਾਨੂੰ ਪੁੱਟ ਕੇ ਅੱਧੀ ਪਛੇਤੀ ਦੱਸਾਂ ਕਰਾਂਗਾ ਨਾਲ ਨਾਲ। ਓਕੇ, ਦੁਬਾਰਾ ਮਿਲਦੇ ਹਾਂ। ਹਾਂਜੀ, ਇਹ ਮੈਂ ਥੋੜ੍ਹਾ ਜਿਹਾ ਅਲੱਗ ਕੀਤਾ ਰਹਿ ਗਿਆ, ਅਤੇ ਸਾਰਾ ਪੁੱਟ ਕੇ ਅਤੇ ਫਿਰ ਦੂਸਰੇ ਪਾਸੇ ਜਾਣਾ ਵਾ। ਅਸਲ 'ਚ ਇਕੱਲਾ ਬੰਦਾ ਤਾਂ ਫਿਰ ਵੀਡੀਓ ਵੀ ਨਹੀਂ ਬਣਾ ਸਕਦੇ ਨਾ। ਇਹ ਅੱਗੇ ਤੁਸੀਂ ਮੇਰੀ ਵੀਡੀਓ ਕੁਮਾਦ ਦੇ ਗੰਨੇ ਘਰ 'ਚ ਲਾਏ ਦੇ ਵੇਖੀ ਹੋਣੀ ਹੈ, ਗੰਨਿਆਂ ਦੀ ਕਟਾਈ। ਇਹ ਵੀ ਮੈਂ ਛੋਟੀ ਜਿਹੀ ਜਗ੍ਹਾ 'ਤੇ ਲਾਇਆ ਦਾ ਸੀ, ਅੱਲਾ ਕੀਤਾ ਬੇਸ਼ੁਮਾਰ ਨਿਕਲਦਾ ਪਿਆ। ਇਹ ਵੇਖੋ ਨਾਲ ਹੀ ਆਪਣੇ ਆਲੂ ਬੁਖਾਰੇ ਦਾ ਬੂਟਾ, ਇਹ ਚਿੱਟੇ ਆਲੂ ਬੁਖਾਰੇ ਨੇ ਅਤੇ ਬਹੁਤ ਮੋਟੇ ਮੋਟੇ ਨੇ। ਇਹ ਵੀ ਫਲ ਇਨਸ਼ਾਅੱਲਾ ਲੱਗਾ ਵਾ, ਇੰਨਾ ਨਹੀਂ ਲੱਗਾ ਜਿੰਨਾ ਲੱਗਣਾ ਚਾਹੀਦਾ ਸੀ, ਅਗਲੇ ਸਾਲ ਜ਼ਿਆਦਾ ਇਨਸ਼ਾਅੱਲਾ ਲੱਗੇਗਾ। ਬਸ ਇਹ ਥੋੜ੍ਹਾ ਜਿਹਾ ਰਹਿ ਗਿਆ, ਇਹ ਨਿੰਬੂ, ਇਹਨੂੰ ਮਾਸ਼ਾਅੱਲਾ ਬੜਾ ਫਲ ਲੱਗਿਆ ਦਾ ਇਸ ਦਫ਼ਾ। ਇਨਸ਼ਾਅੱਲਾ ਥੋੜ੍ਹਾ ਜਿਹਾ ਕੰਮ ਰਹਿ ਗਿਆ, ਇਹ ਕਰਕੇ ਫਿਰ ਦੂਸਰੇ ਪਾਸੇ ਜਾਣਾ, ਫਿਰ ਉਹ ਪੁੱਟ ਕੇ ਤੁਹਾਨੂੰ ਦੱਸ ਰਿਹਾ ਸਾਰਾ। ਉਮੀਦ ਹੈ ਕਿ ਸਾਡੇ ਖਾਣ ਵਾਸਤੇ, ਭੈਣ ਭਰਾਵਾਂ ਦੇ ਖਾਣ ਵਾਸਤੇ, ਕੁਛ ਛੇ ਮਹੀਨੇ ਵਾਸਤੇ ਹੋ ਜਾਏਗਾ। ਹਾਂਜੀ, ਲਓ ਜੀ ਫਿਰ ਅਸੀਂ ਸਾਹਮਣੇ ਸਾਰਾ ਇਹ ਪੁੱਟ ਲਿਆ। ਇਹ ਥਾਂ ਤਕਰੀਬਨ ਕੋਈ ਮਰਲੇ ਕਿਤੇ ਲੱਗ ਗਏ ਹੈ, ਅਤੇ ਇਹਦੇ ਵਿੱਚੋਂ ਅਲੱਗ ਕੀਤਾ। ਇਸ ਵੇਲੇ ਤਾਂ ਕੋਈ ਮਣਕ ਤੋਂ ਉੱਤੇ ਹੋਣਾ, ਸੋਹਣਾ ਨਿਕਲ ਆਇਆ। ਇਨਸ਼ਾਅੱਲਾ ਤੁਹਾਨੂੰ ਦੁਆ ਕਰਿਓ ਅੱਲਾਹ ਤਾਲਾ ਜੀ ਬਰਕਤ ਪਾਏ। ਫਿਰ ਅੱਗੋਂ ਉਹ ਦੂਸਰਾ ਹਿੱਸਾ ਵੈ, ਇਹ ਕਮਾਦ ਸੀ ਜਿਹੜਾ ਅੱਗੇ ਤੁਹਾਨੂੰ ਵੀਡੀਓ ਬਣਾ ਕੇ ਭੇਜੀ, ਉਹਦਾ ਮੁੰਡਾ ਵੈ, ਮਾਸ਼ਾਅੱਲਾ ਵੀ ਸਹੀ ਹੁੰਦਾ ਪਿਆ। ਉਸ ਤੋਂ ਬਾਅਦ ਜੀ ਇਨਸ਼ਾਅੱਲਾ ਇਹ ਹੁਣ ਅੱਜ ਤਾਂ ਮੈਂ ਥੱਕ ਗਿਆ, ਰੋਜ਼ਾ ਵੀ ਹੈ, ਥੋੜ੍ਹਾ ਲੱਗਣ ਡਿਆ ਪਿਆ। ਉਹ ਇਨਸ਼ਾਅੱਲਾ ਇੱਕ ਦੋ ਦਿਨਾਂ ਬਾਅਦ ਪੁੱਟਾਂਗਾ, ਅਤੇ ਇਹਦੀ ਵੀਡੀਓ ਤੁਹਾਨੂੰ ਭੇਜਦੇ ਹਾਂ। ਉਸ ਤੋਂ ਬਾਅਦ ਇਨਸ਼ਾਅੱਲਾ ਉਹਦੀ ਬਣਾ ਕੇ ਭੇਜਾਂਗੇ। ਦੁਆ ਕਰਿਓ ਕਿ ਅੱਲਾਹ ਤਾਲਾ ਇਹ 'ਚ ਬਰਕਤ ਪਾਏ। ਸਾਰੇ ਭੈਣ ਭਰਾਵਾਂ ਨੂੰ ਸਲਾਮ ਦੁਆ, ਅੱਲਾਹ ਤਾਲਾ ਸਾਰਿਆਂ ਨੂੰ ਹਿਫਜ਼ੋ ਮਾਨ 'ਚ ਰੱਖੇ। ਅੱਲਾਹ ਹਾਫਿਜ਼।